ਸਟਾਈਲ ਹੋਈ ਦੀਆਂ ਘੋੜੀਆਂ ਆਮ ਯਾਦ ਆ ਜਾਂਦੀਆਂ 35,000 ਤੇ ਜਾਂਜੀ ਵੇ ਲਾੜਿਆ ਕਈ ਪੈਦਲ ਕਈ ਸਵਾਰ ਮੌਤ ਪਰਵਾਨ ਕੁੜੀ ਮੌਤ ਪਰਵਾਨ ਪਰਵਾਵਨ ਚੱਲਿਆ ਸ਼ਹੀਦ ਭਗਤ ਸਰਦਾਰ ਹੋਰ ਮੁੱਦਿਆਂ ਦੇ ਅਸੀਂ ਧਿਆਨ ਮਾਰੀਏ ਨਸ਼ਾ ਅੱਜ ਸਾਡੀ ਪੀੜ੍ਹੀ ਚਾਹੇ ਉਹ ਨੌਜਵਾਨ ਕਹਿ ਲਓ ਜਾਂ ਉਸ ਤੋਂ ਵੱਡੀ ਉਮਰ ਦੀ ਪੀੜ੍ਹੀ ਕਹਿ ਲਓ ਨਸ਼ਿਆਂ ਦੀ ਦਲਦਲ 'ਚ ਡੁੱਬੀ ਹੋਈ ਆ ਉਸ ਤਰ੍ਹਾਂ ਨਾਲ ਜਾਂ ਭਗਤ ਸਿੰਘ ਦਾ ਪ੍ਰਤੀਕ ਲੈ ਕੇ ਉਸਦੀ ਪੱਗ ਦਾ ਰੰਗ ਲੈ ਕੇ ਵੋਟਾਂ ਮੰਗਣਾ ਜਾਂ ਆਪਣੇ ਨਿੱਜੀ ਫਾਇਦਿਆਂ ਲਈ ਉਹਨੂੰ ਇਸਤੇਮਾਲ ਕਰਨਾ ਤਾਂ ਕਿਤੇ ਨਾ ਕਿਤੇ ਬਹੁਤ ਗਲਤ ਹੁੰਦਾ ਹਾਲਾਂਕਿ ਭਗਤ ਸਿੰਘ ਪਹਿਲੀ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਭਗਤ ਸਿੰਘ ਇੱਕ ਪੰਜਾਬੀ ਆਈਡੀਅਲ ਉਹ ਉਹਨੇ ਆਪਣੀ ਜਾਨ ਦੇਸ਼ ਲਈ ਵਾਰੀ ਆ ਅਤੇ ਉਹ ਹਾਲਾਂਕਿ ਇਕੱਲੇ ਭਾਰਤ ਨੂੰ ਛੱਡ ਕੇ ਪਾਕਿਸਤਾਨ ਦੇ ਵਿੱਚ ਵੀ ਓਡੀ ਹੀ ਵੱਡੀ ਆਈਡੀਓਲੋਜੀ ਆ ਅਤੇ ਓਡਾ ਹੀ ਵੱਡਾ ਇੱਕ ਰੋਲ ਮਾਡਲ ਆ ਲੋਕਾਂ ਦਾ ਦੇਖੋ ਕੋਈ ਵੀ ਆਜ਼ਾਦੀ ਘੁਲਾਟੀਆ ਜਿਨ੍ਹਾਂ ਨੇ ਆਪਣਾ ਪਰਿਵਾਰ ਆਪਣੀ ਆਪਣਾ ਕਰੀਅਰ ਆਪਣੀ ਜ਼ਿੰਦਗੀ ਸਾਰਾ ਕੁਛ ਦੇਸ਼ ਦੇ ਨਾਂ 'ਤੇ ਆਗਿਆ ਤਾਂ ਉਹ ਕੋਈ ਵੀ ਛੋਟਾ ਨਹੀਂ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਟਾਰ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਅੱਜ ਜਿਵੇਂ ਸਾਨੂੰ ਪਤਾ ਹੀ ਹੈ ਕਿ ਅੱਜ 23 ਮਾਰਚ ਹੈ ਅਤੇ 23 ਮਾਰਚ ਦਾ ਦਿਨ ਜਿਹੜਾ ਸਾਡੇ ਦੇਸ਼ ਲਈ ਸਾਡੇ ਨੌਜਵਾਨਾਂ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੁੰਦਾ ਹੈ 23 ਮਾਰਚ 1931 ਨੂੰ ਸਾਡੇ ਦੇਸ਼ ਦਾ ਇੱਕ ਨੌਜਵਾਨ ਕ੍ਰਾਂਤੀਕਾਰੀ ਜਿਹਦਾ ਨਾਮ ਭਗਤ ਸਿੰਘ ਸੀ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀਗੀ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ ਅਤੇ ਅੱਜ ਦੇ ਦਿਨ ਉਹ 23 ਸਾਲ ਦਾ ਨੌਜਵਾਨ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੀ ਖਾਤਰ ਆਪਣੀ ਜਾਨ ਗਵਾ ਬੈਠਾ ਸੀਗਾ ਉਹਨਾਂ ਨੇ ਇਹ ਜਾਨ ਇਸ ਲਈ ਨਹੀਂ ਗਵਾਈ ਸੀ ਕਿ ਅੱਜ ਦੇ ਜਿਹੜੇ ਹਾਲਾਤ ਹੈ ਦੇਸ਼ ਦੇ ਉਹ ਹੋਣ ਉਹਨਾਂ ਨੇ ਜਾਨ ਇਸ ਲਈ ਗਵਾਈ ਸੀਗੀ ਕਿ ਜਿਹੜਾ ਦੇਸ਼ ਹੈਗਾ ਇਹ ਭਾਰਤ ਦੇਸ਼ ਹੈਗਾ ਉਹ ਇੱਕ ਸੋਹਣਾ ਸੁਨੱਖਾ ਅਤੇ ਹਰ ਇੱਕ ਦੇ ਇਨਸਾਨ ਦੀ ਕਦਰ ਕਰਨ ਵਾਲਾ ਦੇਸ਼ ਬਣੇ ਅੱਜ ਅਸੀਂ ਇਸੇ ਵਿਸ਼ੇ 'ਤੇ ਗੱਲ ਕਰਾਂਗੇ ਕਿ ਭਗਤ ਸਿੰਘ ਦੀ ਜਿਹੜੀ ਸੁਪਨਾ ਸੀ ਭਗਤ ਸਿੰਘ ਦਾ ਜਿਹੜਾ ਇੱਕ ਜਿਹਦੇ ਲਈ ਭਗਤ ਸਿੰਘ ਨੇ ਜਿਹੜੇ ਦੇਸ਼ ਲਈ ਜਾਨ ਦੇ ਦਿੱਤੀ ਸੀ ਜਿਹੜੇ ਦੇਸ਼ ਦੇ ਲੋਕਾਂ ਲਈ ਜਾਨ ਦੇ ਦਿੱਤੀ ਸੀਗੀ ਕੀ ਉਹ ਲੋਕ ਅੱਜ ਭਗਤ ਸਿੰਘ ਦੀ ਜਾਨ ਦੀ ਕਦਰ ਪਾ ਰਹੇ ਆ ਕੀ ਉਹ ਦੇਸ਼ ਦੇ ਰਾਜਨੇਤਾ ਭਗਤ ਸਿੰਘ ਦੀ ਜਾਨ ਦੀ ਕਦਰ ਪਾ ਰਹੇ ਆ ਅਤੇ ਅਸੀਂ ਅੱਜ ਇਹਨਾਂ ਵਿਸ਼ਿਆਂ 'ਤੇ ਗੱਲ ਕਰਾਂਗੇ ਅੱਜ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਹਾਜ਼ਰ ਹੈ ਜੀ ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਸਪੈਸ਼ਲ ਰਿਪੋਰਟ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਹੁੰਦੇ ਆ ਪਰਮਜੀਤ ਸੇਠੀ ਜੀ ਅਤੇ ਇਹ ਆਪਣੇ ਵਿਚਾਰ ਇਹ ਕਿਸੇ ਨਾ ਕਿਸੇ ਮੁੱਦੇ 'ਤੇ ਰੱਖਦੇ ਅਤੇ ਅੱਜ 23 ਮਾਰਚ ਹੋਣ ਕਰਕੇ ਇਸ ਤੋਂ ਕੋਈ ਵਧੀਆ ਮੁੱਦਾ ਅੱਜ ਦੇ ਦਿਨ 'ਤੇ ਹੋ ਨਹੀਂ ਸਕਦਾ ਸੀਗਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਅੱਜ ਬਣ ਚੁੱਕਿਆ ਕਿ ਭਗਤ ਸਿੰਘ ਦੀ ਜਾਨ ਦੀ ਕੀਮਤ ਚਲੋ ਰਾਜਨੇਤਾ ਤਾਂ ਵੋਟਾਂ ਦੀ ਖਾਤਰ ਲੜਦੇ ਆ ਲੋਕਾਂ ਨੇ ਪਾਈ ਹੈ ਕਿ ਨਹੀਂ ਪਾਈ ਇਸ ਵਿਸ਼ੇ 'ਤੇ ਅਸੀਂ ਗੱਲ ਕਰਾਂਗੇ ਅਤੇ ਸਭ ਤੋਂ ਪਹਿਲਾਂ ਇਸ ਵਿਸ਼ੇ 'ਤੇ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਰਮਜੀਤ ਜੀ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਪਰਮਜੀਤ ਜੀ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਟਾਰ ਟੀ ਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਅੱਜ ਜਿਵੇਂ ਤੁਸੀਂ ਕਿਹਾ 23 ਮਾਰਚ 1931 ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਚਾਹਾਂਗੇ ਗੱਲ ਕਰੀਏ ਜਗਮੀਤ ਜੀ ਭਗਤ ਸਿੰਘ ਇੱਕ ਮਹਾਨ ਨਾਇਕ ਇੱਕ ਸਾਂਝਾ ਨਾਇਕ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਦੋ ਮੁਲਕ ਭਾਰਤ ਅਤੇ ਪਾਕਿਸਤਾਨ ਦਾ ਇੱਕ ਸਾਂਝਾ ਨਾਇਕ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਹੋਏ ਪਰ ਅਜਿਹੀਆਂ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਨੂੰ ਪਾਕਿਸਤਾਨ ਦੇ ਲੋਕ ਨਹੀਂ ਪਸੰਦ ਕਰਦੇ ਜਾਂ ਭਾਰਤ ਦੇ ਲੋਕ ਨਹੀਂ ਪਸੰਦ ਕਰਦੇ ਉਹ ਦੇਸ਼ ਵੰਡਣ ਦੇ ਨਾਲ ਨਾਲ ਉਹ ਸ਼ਖਸੀਅਤਾਂ ਦੀ ਅਹਿਮੀਅਤ ਵੀ ਵੰਡੀ ਗਈ ਪਰ ਭਗਤ ਸਿੰਘ ਇੱਕ ਇਹੋ ਜਿਹਾ ਨਾਇਕ ਆ ਜਿਹਦੀ ਅੱਜ ਦੀ ਜ਼ਬਾਨ 'ਚ ਕਹੀਏ ਤਾਂ ਕਿਤੇ ਵੀ ਕੋਈ ਹੇਟਰ ਨਹੀਂ ਆ ਸਿਰਫ ਉਹਦੇ ਫੈਨ ਹੀ ਫੈਨ ਆ ਚਾਹੇ ਅਸੀਂ ਲਹਿੰਦੇ ਪੰਜਾਬ ਦੀ ਗੱਲ ਕਰੀਏ ਜਾਂ ਅਸੀਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਜੇ ਅਸੀਂ ਗੱਲ ਉਹਨਾਂ ਦੇ ਬਚਪਨ ਤੋਂ ਸ਼ੁਰੂ ਕਰੀਏ ਤਾਂ 27 ਸਤੰਬਰ 1907 ਜ਼ਿਲ੍ਹਾ ਲੈਲਪੁਰ ਡਿਸਟ੍ਰਿਕਟ ਚੜ੍ਹਾਂ ਵਾਲਾ ਬੰਗਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਉੱਥੋਂ ਹੀ ਉਹਨਾਂ ਨੇ ਆਪਣੀ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ ਸੀ ਸ਼ੁਰੂ ਤੋਂ ਹੀ ਚਾਚਾ ਅਜੀਤ ਸਿੰਘ ਜੀ ਤੋਂ ਪ੍ਰਭਾਵਿਤ ਆਜ਼ਾਦੀ ਦੀਆਂ ਗੱਲਾਂ ਕਰਨ ਵਾਲਾ ਬਚਪਨ ਉਹਨਾਂ ਦਾ ਗੁਜ਼ਰਿਆ ਸੀ ਪ੍ਰਾਇਮਰੀ ਸਕੂਲ ਤੋਂ ਬਾਅਦ ਡੀ ਏ ਵੀ ਸਕੂਲ ਲਾਹੌਰ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੀ ਸਟਾਰਟਿੰਗ ਹੋਈ ਜਿੱਥੇ ਉਹ ਡਰਾਮਿਆਂ ਜਾਂ ਸਕਿੱਟਾਂ ਵਿੱਚ ਭਾਗ ਲੈਣਾ ਸਟਾਰਟ ਕੀਤਾ ਉਹਨਾਂ ਨੇ ਅਸੀਂ ਆਮ ਹੀ ਇੱਕ ਗੱਲ ਸੁਣਦੇ ਹਾਂ ਕਿ ਪਿਤਾ ਜੀ ਮੈਂ ਬੰਦੂਕਾਂ ਬੀਜ ਰਿਹਾ ਜਦੋਂ ਇਹ ਉੱਗਣਗੀਆਂ ਤਾਂ ਅੰਗਰੇਜ਼ ਹਕੂਮਤ ਨਾਲ ਲੜੂੰਗਾ ਤਾਂ ਅੰਦਾਜ਼ਾ ਲੱਗ ਜਾਂਦਾ ਵੀ ਕਿੰਨੀ ਛੋਟੀ ਉਮਰ ਦੇ ਵਿੱਚ ਬਗਾਵਤ ਅਤੇ ਆਜ਼ਾਦੀ ਲਈ ਜਨੂੰਨ ਭਰ ਗਿਆ ਸੀ ਉਹਨਾਂ ਦੇ ਜ਼ਿਹਨ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਦੋਸਤ ਨਹੀਂ ਮੰਨੇ ਜਾਂਦੇ ਉਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਲੌਜੀਕਲ ਸੋਚਣ ਵਾਲਾ ਇੱਕ ਬੱਚਾ ਜੋ ਵੱਡਾ ਹੋ ਕੇ ਜਵਾਨੀ ਦੇ ਵਿੱਚ ਹੀ ਫਾਂਸੀ ਨੂੰ ਹੱਸ ਕੇ ਚੁੰਮ ਕੇ ਚੜ੍ਹ ਗਿਆ ਸੀ ਜੇ ਪ੍ਰਾਇਮਰੀ ਸਕੂਲ ਤੋਂ ਬਾਅਦ ਦੀ ਉਹਨਾਂ ਦੀ ਗੱਲ ਕਰੀਏ
ਤਾਂ ਬੈਡਲੋ ਹਾਲ ਨੈਸ਼ਨਲ ਕਾਲਜ ਦੇ ਵਿੱਚ ਉਹਨਾਂ ਦਾ ਦਾਖਲਾ ਹੋਇਆ ਸੀ। ਬੈਡਲੋ ਹਾਲ 19 ਦਿਨੀ ਭਾਰਤ ਦੀ ਭਾਰਤ ਉੱਪਰ ਅੰਗਰੇਜ਼ੀ ਹਕੂਮਤ ਸੀ ਜੋ ਚੱਲਦੀ ਉਹਦੀ ਸਿਆਸਤ ਦਾ ਕੇਂਦਰ ਮੰਨਿਆ ਜਾਂਦਾ ਸੀ। ਖਾਸ ਕਰ ਪੰਜਾਬ ਦੇ ਵਿੱਚ ਜੋ ਭਗਦੇ ਮੁੱਦੇ ਸੀ ਉਹ ਬੈਡਲੋ ਹਾਲ ਦੇ ਵਿੱਚ ਡਿਸਕਸ ਹੁੰਦੇ ਸੀ। ਬਹੁਤ ਸਾਰੇ ਉੱਥੇ ਰਾਜਨੀਤਿਕ ਪਾਰਟੀਆਂ ਦੇ ਬੰਦੇ ਜਾਂ ਕਮਿਊਨਿਸਟ ਮਾਈਂਡ ਦੇ ਬੰਦੇ ਜਾਂ ਜੋ ਬਾਗੀ ਨੇਤਾ ਸੀ ਅੰਗਰੇਜ਼ ਹਕੂਮਤ ਦੇ ਖਿਲਾਫ ਆਵਾਜ਼ ਉਠਾਉਂਦੇ ਸੀ। ਬੈਡਲੋ ਹਾਲ ਦੇ ਨਾਲ ਉਹਨਾਂ ਦਾ ਬਹੁਤ ਨਾਤਾ ਸੀ, ਤਾਂ ਉਹਨੂੰ ਇਤਫਾਕ ਕਹਿ ਲਿਆ ਜਾਵੇ ਜਾਂ ਜਨੂਨ ਵੱਲ ਵੱਧਦੇ ਰਾਹ 'ਤੇ ਇੱਕ ਪਹਿਲਾ ਕਦਮ ਕਹਿ ਲਿਆ ਜਾਏ ਕਿ ਭਗਤ ਸਿੰਘ ਨੇ ਵੀ ਬੈਡਲੋ ਹਾਲ ਦੇ ਵਿੱਚ ਨੈਸ਼ਨਲ ਕਾਲਜ ਦੇ ਵਿੱਚ ਦਾਖਲਾ ਲੈਣਾ ਸੀ। ਉੱਥੇ ਅਸਲੀ ਲੋਜੀਕਲ ਪੰਜ ਸੋਚ ਨੂੰ ਅਸਲੀ ਤਰਕਸ਼ੀਲਤਾ ਸੋਚ ਨੂੰ ਭਗਤ ਸਿੰਘ ਨੂੰ ਉੱਥੇ ਹਾਸਲ ਹੋਈ। ਬਹੁਤ ਛੋਟੀ ਉਮਰ ਦੇ ਵਿੱਚ ਅੰਧ ਵਿਸ਼ਵਾਸ ਨੂੰ ਆਪਦੇ ਤੋਂ ਦੂਰ ਧੱਕਤਾ ਉਹਨਾਂ ਨੇ। ਆਮ ਹੀ ਅਸੀਂ ਗੱਲਾਂ ਸੁਣਦੇ ਹਾਂ ਵੀ ਸਕਿੱਟਾਂ ਜਾਂ ਡਰਾਮਿਆਂ ਦੇ ਵਿੱਚ ਕਾਲਜ ਦੇ ਸਟਾਰਟਿੰਗ ਦੇ ਵਿੱਚ ਜਦੋਂ ਸਟੇਜ ਦਾ ਪ੍ਰੋਗਰਾਮ ਕਰਨ ਲੱਗ ਗਏ ਸੀ ਤਾਂ ਅੰਗਰੇਜ਼ ਹਕੂਮਤ ਦੇ ਖਿਲਾਫ ਗੱਲਾਂ ਉੱਥੇ ਹੀ ਚੱਲ ਪਈਆਂ ਸੀ। ਬਗਾਵਤ ਦੀ ਸੋਚ ਉਸੇ ਸਟੇਜ ਤੋਂ ਪਣਪੀ। ਹੌਲੀ ਹੌਲੀ ਨੌਜਵਾਨਾਂ ਦਾ ਇਕੱਠ ਖੜਾ ਕੀਤਾ ਉੱਥੇ, ਨੌਜਵਾਨ ਭਾਰਤ ਨੌਜਵਾਨ ਸਭਾ ਦਾ ਆਗਾਜ਼ ਬੈਡਲੋ ਹਾਲ ਨੈਸ਼ਨਲ ਕਾਲਜ ਦੇ ਵਿੱਚ ਆਗਾਜ਼ ਹੋਇਆ। ਉਸ ਤੋਂ ਬਾਅਦ ਦੀ ਜੇ ਅਸੀਂ ਗੱਲ ਕਰੀਏ ਤਾਂ ਆਪਣੀ ਜਨਮ ਭੂਮੀ ਲੈਲਪੁਰ ਦੇ ਨਾਲੋਂ ਲਾਹੌਰ ਦੇ ਨਾਲ ਉਹਨਾਂ ਦਾ ਲਾਗਾ ਤੇਕਾ ਕਿਤੇ ਜ਼ਿਆਦਾ ਸੀ। ਲਾਹੌਰ ਦੇ ਨਾਲ ਪਿਆਰ ਵੀ, ਅਤੇ ਅੱਜ ਅਸੀਂ ਇਤਿਹਾਸ 'ਚ ਝਾਤੀ ਮਾਰੀਏ ਤਾਂ ਬਹੁਤ ਸਾਰੀਆਂ ਗੱਲਾਂ ਭਗਤ ਸਿੰਘ ਦੀਆਂ ਲਾਹੌਰ ਦੇ ਨਾਲ ਜੁੜੀਆਂ ਹੋਈਆਂ। ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ, ਨੈਸ਼ਨਲ ਕਾਲਜ ਵੀ ਲਾਹੌਰ ਦੇ ਨਾਲ ਹੀ ਸਥਿਤ ਸੀ, ਅਤੇ ਉਸ ਤੋਂ ਬਾਅਦ DAV ਕਾਲਜ ਨਾਲ ਕਾਫ਼ੀ ਇੱਕ ਡੂੰਘਾ ਇਤਿਹਾਸ ਜੁੜਿਆ ਹੋਇਆ। DAV ਕਾਲਜ ਸਿਵਲ ਲਾਈਨ ਲਾਹੌਰ, ਜਿਹਨੂੰ ਅੱਜ ਇਸਲਾਮੀਆ ਕਾਲਜ ਦੇ ਨਾਂ ਨਾਲ ਜਾਣਿਆ ਜਾਂਦਾ, ਉੱਥੇ ਭਗਤ ਸਿੰਘ ਦੀ ਆਉਣੀ ਜਾਣੀ ਬਹੁਤ ਸੀ, ਦੋਸਤ ਮਿੱਤਰ ਬਹੁਤ ਸੀ। 1927 ਦੇ ਵਿੱਚ ਸਾਂਡਰਸ ਦਾ ਕਤਲ ਵੀ ਉਸੇ ਕਾਲਜ ਦੀ ਕੰਧ ਦੇ ਨਾਲ ਭਗਤ ਸਿੰਘ ਅਤੇ ਰਾਜਗੁਰੂ ਨੇ ਕੀਤਾ ਸੀ। ਸਾਂਡਰਸ 'ਤੇ ਗੋਲੀਆਂ ਚਲਾਈਆਂ ਸੀ, ਜਿਹੜਾ ਉਹ ਪਿਸਟਲ ਸੀ ਅਮਰੀਕਾ ਦਾ ਬਣਿਆ ਹੋਇਆ ਪਿਸਟਲ ਸੀ, ਉਹਦੀ ਵੀ ਅੱਗੇ ਗੱਲ ਕਰਾਂਗੇ, ਪਿਸਟਲ ਦਾ ਇੱਕ ਆਪਣਾ ਹੀ ਇਤਿਹਾਸ ਆ। ਉਸ ਤੋਂ ਬਾਅਦ 1929 ਦੇ ਵਿੱਚ ਅਸੈਂਬਲੀ ਵਿੱਚ ਬੰਬ ਸਿੱਟਣਾ ਇੱਕ ਅੰਗਰੇਜ਼ੀ ਹਕੂਮਤ ਨੂੰ ਸੁੱਤੀ ਨੀਂਦ ਦੇ ਵਿੱਚ ਜਗਾਉਣ ਲਈ ਬਹੁਤ ਵੱਡਾ ਕਦਮ ਸੀ। ਉਸ ਬੰਬ ਸਿੱਟਣ ਤੋਂ ਬਾਅਦ ਭਗਤ ਸਿੰਘ ਨੂੰ ਤਾਂ ਜੇਲ੍ਹ 'ਚ ਲਿਜਾਇਆ ਗਿਆ, 1929 ਦੇ ਵਿੱਚ ਉਹਨਾਂ ਦਾ ਟ੍ਰਾਇਲ ਸਟਾਰਟ ਹੋ ਗਿਆ ਸੀ। ਪਰ ਜੋ ਪਿੱਛੇ ਨੌਜਵਾਨ ਸਭਾ ਸੀ ਜਾਂ ਹੋਰ ਭਾਰਤ ਦੇ ਨੌਜਵਾਨ, ਉਹਨਾਂ ਦੇ ਵਿੱਚ ਬਗਾਵਤ ਦੀ ਇੱਕ ਐਸੀ ਲਹਿਰ ਉੱਠ ਖੜੀ ਕਿ 1947 'ਚ ਭਾਰਤ ਆਜ਼ਾਦ ਹੋ ਗਿਆ ਸੀ। ਬਹੁਤ ਛੋਟੀ ਉਮਰ ਦੇ ਵਿੱਚ ਭਗਤ ਸਿੰਘ ਨੂੰ ਜੇਲ੍ਹ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਹੋਣੀ ਸੀ ਤਾਂ ਮੰਨਿਆ ਜਾਂਦਾ ਵੀ ਸੁਣਿਆ ਜਾਂਦਾ ਉਸ ਤੋਂ ਇੱਕ ਰਾਤ ਪਹਿਲਾਂ ਜੇਲ੍ਹ ਦੇ ਜਿਹੜੇ ਕੈਦੀ ਸੀ ਉਹਨਾਂ ਨੇ ਆਪਣੀਆਂ ਹੱਥ ਕੜੀਆਂ ਨੂੰ ਸਲਾਖਾਂ ਦੇ ਨਾਲ ਸਾਰੀ ਰਾਤ ਖੜਕਾਇਆ। ਸਾਰੀ ਰਾਤ ਜੇਲ੍ਹ ਦੇ ਕੈਦੀ ਵੀ ਸੁੱਤੇ ਅਤੇ ਆਸ ਪਾਸ ਮਝਾਂਗੇ ਏਰੀਏ ਦੇ ਲੋਕ, ਉਹਨਾਂ ਨੂੰ ਇੰਨਾ ਸ਼ੋਰ ਮਿਲਿਆ ਅਤੇ ਉਹਨਾਂ ਦੇ ਦਿਲ 'ਚ ਇੰਨੇ ਜਜ਼ਬਾਤ ਭਰੇ ਹੋਏ ਸੀ ਵੀ ਕੱਲ੍ਹ ਨੂੰ ਭਗਤ ਸਿੰਘ ਨੂੰ ਫਾਂਸੀ ਮਿਲ ਜਾਣੀ ਆ। ਅਤੇ ਉਹ ਸਾਰੀ ਰਾਤ ਨਹੀਂ ਸੁੱਤੇ, ਲੋਕਾਂ ਨੇ ਸੜਕਾਂ 'ਤੇ ਬੈਠ ਕੇ ਜਾਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠ ਕੇ ਸਾਰੀ ਰਾਤ ਲੰਘਾਈ, ਅਤੇ ਸਮੇਂ ਤੋਂ ਪਹਿਲਾਂ ਹੀ ਭਗਤ ਸਿੰਘ ਨੂੰ ਸਵੇਰੇ ਫਾਂਸੀ ਦਿੱਤੀ ਗਈ ਸੀ। ਉਹ ਵੀ ਇੱਕ ਬਹੁਤ ਵੱਡਾ ਵਿਵਾਦ ਦਾ ਮੁੱਦਾ ਸੀ। ਪਰੰਤੂ ਜੇ ਗੱਲ ਕਰੀਏ ਅਸੀਂ ਹੋਰ ਵਿਵਾਦ ਜਿਹੜੇ ਉੱਠ ਖੜੇ ਸੀ, ਮਹਾਤਮਾ ਗਾਂਧੀ ਦੇ ਪ੍ਰਤੀ ਲੋਕਾਂ ਦੇ ਵਿੱਚ ਗਲਤ ਭਾਵਨਾ ਉੱਠਣੀ ਕਿ ਮਹਾਤਮਾ ਗਾਂਧੀ ਕਰਕੇ ਭਗਤ ਸਿੰਘ ਨੂੰ ਸ਼ਹੀਦੀ ਹੋਈ ਆ, ਹਾਲਾਂਕਿ ਉਹਦੇ 'ਚ ਮੇਰੇ ਮੁਤਾਬਕ ਮਹਾਤਮਾ ਗਾਂਧੀ ਦਾ ਕੋਈ ਦੋਸ਼ ਨਹੀਂ ਸੀ, ਕਿਉਂਕਿ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਰਣਨੀਤੀ ਉਹ ਆਪਣੀ ਇੱਕ ਅਲੱਗ ਖੇਡ ਰਹੇ ਸੀ। ਉਹ ਵੀ ਉਹਨਾਂ ਦੇ ਪ੍ਰਤੀ ਵੀ ਦੇਸ਼ ਦੀ ਓਨੀ ਹੀ ਵਧੀਆ ਭਾਵਨਾ ਹੋਣੀ ਚਾਹੀਦੀ ਹੈ ਜਿੰਨੀ ਸ਼ਹੀਦ ਭਗਤ ਸਿੰਘ ਦੇ ਪ੍ਰਤੀ ਹੋਣੀ ਚਾਹੀਦੀ ਆ। ਤਾਂ ਇਹ ਲਾਹੌਰ ਦੀਆਂ ਘੋੜੀਆਂ ਆਮ ਯਾਦ ਆ ਜਾਂਦੀਆਂ, 35,000 'ਤੇ ਜਾਂ ਜੀਵੇ ਲਾੜਿਆ, ਕਈ ਪੈਦਲ ਕਈ ਸਵਾਰ, ਮੌਤ ਪ੍ਰਵਾਨ ਕੁੜੀ ਮੌਤ ਪ੍ਰਵਾਨ ਪ੍ਰਵਾਵਨ ਚੱਲਿਆ ਸ਼ਹੀਦ ਭਗਤ ਸਰਦਾਰ। ਤਾਂ ਜਿੰਨਾ ਹੀ ਅਸੀਂ ਚੜ੍ਹਦੇ ਪੰਜਾਬ ਵੱਲ ਵਿੱਚ ਅਸੀਂ ਭਗਤ ਸਿੰਘ ਨੂੰ ਆਪਣੇ ਦਿਲਾਂ ਵਿੱਚ ਸਾਂਭ ਕੇ ਰੱਖਿਆ ਹੋਇਆ, ਉਨਾ ਹੀ ਲਹਿੰਦੇ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ। ਫਾਇਆ ਚੌਂਕ ਜਿਹਨੂੰ ਬਾਅਦ 'ਚ ਸ਼ਾਦਮਨ ਚੌਂਕ ਦਾ ਨਾਂ ਦਿੱਤਾ ਗਿਆ ਸੀ, ਥੋੜ੍ਹਾ ਜਿਹਾ ਖੈਰ ਅੱਜ ਵੀ ਉਸ 'ਤੇ ਵਿਵਾਦ ਚੱਲ ਰਿਹਾ ਹੈਗਾ, ਪਰ ਉਹ ਲੋਕਾਂ ਦੀ ਮੰਗ ਸੀ ਕਿ ਉਹਨੂੰ ਸ਼ਾਦਮਨ ਚੌਂਕ ਦਾ ਨਾਂ ਦਿੱਤਾ ਜਾਵੇ। ਉਹ ਜਗ੍ਹਾ ਬੋਸਟਲ ਜੇਲ੍ਹ ਦੇ ਵਿੱਚ ਸਥਿਤ ਸੀ ਜਿੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਤਾਂ ਕਿਤੇ ਨਾ ਕਿਤੇ ਅੱਜ ਤਕਰੀਬਨ 90 ਸਾਲ ਦੇ ਬਾਅਦ ਵੀ ਭਗਤ ਸਿੰਘ ਸਾਡੇ ਦਿਲਾਂ ਵਿੱਚ ਜਿੰਦਾ ਹੈ, ਚਾਹੇ ਉਹ ਚੜ੍ਹਦਾ ਪੰਜਾਬ ਹੋਵੇ ਚਾਹੇ ਉਹ ਲਹਿੰਦਾ ਪੰਜਾਬ ਹੋਵੇ।
ਤੁਸੀਂ ਗੱਲ ਕੀਤੀ ਸਾਡੇ ਦਿਲਾਂ ਦੇ ਵਿੱਚ ਜਿੰਦਾ ਹੈ ਭਗਤ ਸਿੰਘ, ਨੌਜਵਾਨਾਂ ਦੇ ਦਿਲਾਂ ਵਿੱਚ ਜਿੰਦਾ ਹੈ, ਬਜ਼ੁਰਗਾਂ ਦੇ ਦਿਲਾਂ ਵਿੱਚ ਜਿੰਦਾ ਹੈ, ਬੱਚਿਆਂ ਨੂੰ ਵੀ ਭਗਤ ਸਿੰਘ ਬਾਰੇ ਪੜ੍ਹਾਇਆ ਜਾਂਦਾ ਹੈ, ਪਰ ਭਗਤ ਸਿੰਘ ਦਾ ਸੁਪਨਾ ਕੀ ਅਸੀਂ ਸਾਕਾਰ ਕਰ ਪਾਏ ਹਾਂ? ਵੀ ਅਸੀਂ ਜਦੋਂ ਗੱਲ ਕਰਦੇ ਹਾਂ ਦੇਸ਼ ਨੂੰ ਚਲਾਉਣ ਦੀ, ਇਮਾਨਦਾਰੀ ਨਾਲ ਦੇਸ਼ ਨੂੰ ਚਲਾਉਣ ਵਿੱਚ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਾਡੀ, ਕਿਉਂਕਿ ਨੌਜਵਾਨ ਹੀ ਗਾਂਹ ਜਾ ਕੇ ਸਰਕਾਰੀ ਅਦਾਰਿਆਂ ਦੇ ਵਿੱਚ ਜਾਂਦਾ ਜਾਂ ਹੋਰ ਕਿਸੇ ਅਦਾਰਿਆਂ ਦੇ ਵਿੱਚ ਜਾਂਦਾ, ਅਤੇ ਭਗਤ ਸਿੰਘ ਨੂੰ ਪੜ੍ਹ ਕੇ, ਭਗਤ ਸਿੰਘ ਦੇ ਜੀਵਨ ਤੋਂ ਜਾਣ ਕੇ, 23 ਸਾਲ ਦੀ ਸ਼ਹਾਦਤ ਬਾਰੇ ਜਾਣ ਕੇ, ਕੀ ਅਸੀਂ ਸੱਚਮੁੱਚ ਭਗਤ ਸਿੰਘ ਦੇ ਸੁਪਨੇ 'ਤੇ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ? ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜਗਮੀਤ ਜੀ। ਜੇ ਅਸੀਂ ਨੈਗੇਟਿਵ ਵੱਲ ਝਾਤ ਮਾਰੀਏ ਤਾਂ ਐਂ ਪ੍ਰਤੀਤ ਹੁੰਦਾ ਵੀ ਅਸੀਂ 1% ਵੀ ਨਹੀਂ ਚੱਲੇ ਉਹਦੇ 'ਤੇ, ਅਤੇ ਜੇ ਅਸੀਂ ਪੋਜ਼ਿਟਿਵ ਵੱਲ ਝਾਤ ਮਾਰੀਏ ਤਾਂ ਹਾਂ, ਬਹੁਤ ਥਾਵਾਂ 'ਤੇ ਅਸੀਂ ਉਹਦੇ ਸੁਪਨੇ 'ਤੇ, ਉਹਦੀਆਂ ਰਾਹਾਂ 'ਤੇ ਜੋ ਉਹਨਾਂ ਨੇ ਇੱਕ ਪਾਥ ਚੁਣਿਆ ਸੀ ਕਿ ਆਜ਼ਾਦੀ ਤੋਂ ਬਾਅਦ ਮੇਰਾ ਦੇਸ਼ ਇਹੋ ਜਿਹਾ ਹੋਊਗਾ, ਤਾਂ ਸਾਡੇ ਦਿਲਾਂ 'ਚ ਕਾਬਜ ਆ, ਅਸੀਂ ਹਜੇ ਵੀ ਉਹਦੇ ਰਾਹਾਂ 'ਤੇ ਚੱਲਦੇ ਹਾਂ। ਜੇ ਮੈਂ ਨੈਗੇਟਿਵ ਗੱਲ ਕਰਾਂ ਤਾਂ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ, ਭ੍ਰਿਸ਼ਟਾਚਾਰ ਹੋ ਗਿਆ ਸਾਡੀ ਦੇਸ਼ ਦੀ ਹਕੂਮਤ 'ਤੇ, ਕਾਬਜ ਨੇਤਾ ਨੇ ਜਿਨ੍ਹਾਂ ਨੇ ਕਰੋੜਾਂ ਦੇ ਬੰਗਲੇ ਬਣਾ ਲਏ ਪਰ ਆਜ਼ਾਦੀ ਘਲਾਟੀਏ ਸੀ ਸਾਰੇ, ਉਹਨਾਂ ਦੀ ਨਿਗਾਹ ਪਰਿਵਾਰਾਂ ਵੱਲ ਧਿਆਨ ਵੀ ਨਹੀਂ ਮਾਰਿਆ। ਜੈਦੇਵ ਕਪੂਰ ਜੀ ਭਗਤ ਸਿੰਘ ਦੇ ਸਾਥੀ ਸੀ, ਭਗਤ ਸਿੰਘ ਦੇ ਬੂਟ ਅਤੇ ਘੜੀ ਉਹਨਾਂ ਦੇ ਪਰਿਵਾਰ ਨੇ ਅੱਜ ਵੀ ਆਖਰੀ ਨਿਸ਼ਾਨੀ ਦੇ ਤੌਰ 'ਤੇ ਸਾਂਭ ਕੇ ਰੱਖੀ ਹੋਈ ਆ। ਹਰਦੋਈ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਪਰਿਵਾਰ ਆ ਉਹ। ਜੈਦੇਵ ਕਪੂਰ ਜੀ ਭਗਤ ਸਿੰਘ ਜੀ ਦੇ ਆਖਰੀ ਮੇਲ ਕਰਤਾ ਸੀ ਉਹਨਾਂ ਦੀ ਫਾਂਸੀ ਤੋਂ ਪਹਿਲਾਂ ਜੇਲ੍ਹ 'ਚ, ਅਤੇ ਅੱਜ ਉਹਨਾਂ ਦਾ ਪਰਿਵਾਰ, ਜੈਦੇਵ ਜੀ ਦਾ ਦੇਹਾਂਤ 1994 'ਚ ਹੋ ਗਿਆ ਸੀ, ਪਰ ਜੇ ਅੱਜ ਉਹਨਾਂ ਦੇ ਪਰਿਵਾਰ ਦੀ ਕਹਾਣੀ ਸੁਣੀਏ ਤਾਂ ਉਹ ਦਿਹਾੜੀਆਂ ਕਰਨ 'ਤੇ ਮਜਬੂਰ ਹੋਇਆ ਵਾ। ਹਾਲਾਂਕਿ ਉਸ ਸ਼ਹਿਰ ਦੇ ਵਿੱਚ ਕਪੂਰ ਜੀ ਦਾ ਇੱਕ ਸਟੈਚੂ ਵੀ ਬਣਿਆ ਹੋਇਆ, ਇੱਕ ਸੜਕ ਦਾ ਨਾਂ ਵੀ ਉਹਨਾਂ ਦੇ ਨਾਮ 'ਤੇ ਦਿੱਤਾ ਹੋਇਆ ਗਾ, ਪਰ ਇੱਕ ਭਗਤ ਸਿੰਘ ਦੇ ਬਰਾਬਰ ਦੇ ਆਜ਼ਾਦੀ ਦੇ ਘਲਾਟੀਏ ਉਹਨਾਂ ਦੇ ਸਾਥੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਪਰਿਵਾਰ ਦਿਹਾੜੀਆਂ ਕਰਨ 'ਤੇ ਮਜਬੂਰ ਹੋਇਆ ਵਾ। ਹੋਰ ਮੁੱਦਿਆਂ 'ਤੇ ਅਸੀਂ ਧਿਆਨ ਮਾਰੀਏ, ਨਸ਼ਾ ਅੱਜ ਸਾਡੀ ਪੀੜ੍ਹੀ, ਚਾਹੇ ਉਹ ਨੌਜਵਾਨ ਕਹਿ ਲਓ ਜਾਂ ਉਸ ਤੋਂ ਵੱਡੀ ਉਮਰ ਦੀ ਪੀੜ੍ਹੀ ਕਹਿ ਲਓ, ਨਸ਼ਿਆਂ ਦੀ ਦਲਦਲ 'ਚ ਡੁੱਬੀ ਹੋਈ ਆ। ਸੋਸ਼ਲ ਮੀਡੀਆ ਹੋ ਗਿਆ, ਮਤਲਬ ਜਨੂੰਨ ਅਤੇ ਜਜ਼ਬਾਤ ਦੇ ਰਸਤਿਆਂ ਜਾਂ ਦੇਸ਼ ਪ੍ਰਤੀ ਭਾਵਨਾ ਤੋਂ ਬਾਹਰ ਨਿਕਲ ਕੇ ਪੱਛਮੀ ਸੱਭਿਆਚਾਰ ਵੱਲ ਝੁਕ ਚੁੱਕੇ ਹਾਂ ਅਸੀਂ। ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਕੀ ਅਸੀਂ ਗੱਲਾਂ ਕਰਦੇ ਹਾਂ ਸਾਨੂੰ ਵੀ ਪਤਾ, ਅਸੀਂ ਅੰਦਰ ਝਾਤ ਮਾਰ ਕੇ ਦੇਖੀਏ ਤਾਂ ਅਸੀਂ ਬਹੁਤ ਕਾਲੇ ਹੋ ਚੁੱਕੇ ਹਾਂ। ਅਤੇ ਸਾਡੀ ਐਜੂਕੇਸ਼ਨ ਪ੍ਰਣਾਲੀ, ਸਾਡੀ ਸਿਹਤ ਪ੍ਰਣਾਲੀ, ਜੇ ਅਸੀਂ ਸਿੱਟਾ ਕੱਢੀਏ ਤਾਂ ਉਹਨਾਂ ਗਾਵਾਂ 'ਤੇ ਸਾਡਾ ਦੇਸ਼ ਨਹੀਂ ਚੱਲ ਰਿਹਾ ਜੋ ਭਗਤ ਸਿੰਘ। ਸਭ ਤੋਂ ਵੱਡੀ ਗੱਲ ਹੈ ਜੀ, ਇਸ ਦੇਸ਼ ਦੇ ਵਿੱਚ ਧਰਮ ਦੇ ਨਾਂ 'ਤੇ ਮਾਰ ਕਟਾਈ ਹੋ ਰਹੀ ਹੈ ਜੀ। ਹਾਂ, ਤਾਂ ਉਹਨਾਂ ਨੇ ਆਪਣੇ ਆਪ ਨੂੰ ਧਰਮ ਤੋਂ ਵੀ ਉੱਪਰ ਚੱਕ ਲਿਆ ਸੀ। ਇੱਕ ਬਹੁਤ ਬਹੁਤ ਲੌਜੀਕਲ ਅਤੇ ਬਹੁਤ ਵੱਡੀ ਗੱਲ ਕਹੀ ਸੀ, ਮੈਂ ਨਾਸਤਿਕ ਕਿਉਂ ਹਾਂ, ਉਹ ਇੱਕ ਆਰਟੀਕਲ ਵੀ ਸੀ। ਹਾਲਾਂਕਿ ਇੱਕ ਕਿਸੇ ਵੀ ਪਹੁੰਚੀ ਹੋਈ ਸ਼ਖਸੀਅਤ ਜਿਹਦਾ ਨਾਮ ਬਣ ਚੁੱਕਿਆ ਹੋਵੇ ਉਹਨੂੰ ਕੋਈ ਵੀ ਗੱਲ ਕਹਿਣੀ ਜਾਂ ਲੋਕਾਂ ਤੱਕ ਪਹੁੰਚਾਉਣੀ ਬਹੁਤ ਸੌਖੀ ਹੋ ਜਾਂਦੀ ਆ। ਭਗਤ ਸਿੰਘ ਨੇ ਮੈਂ ਨਾਸਤਿਕ ਕਿਉਂ ਹਾਂ ਇੱਕ ਬਹੁਤ ਵਧੀਆ ਲੌਜਿਕ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਸੀ। ਐਵੇਂ ਹੀ ਨਹੀਂ ਸੀ ਲੋਕਾਂ ਦੇ ਥੋਪਤੀ ਵੀ ਮੈਂ ਇੱਕ ਧਰਮ ਵਿਰੋਧੀ ਜਾਂ ਮੈਂ ਇੱਕ ਨਾਸਤਿਕ ਇਨਸਾਨ ਹਾਂ ਤਾਂ ਸਾਰਾ ਦੇਸ਼ ਨਾਸਤਿਕ ਬਣੋ। ਉਹਨਾਂ ਨੇ ਨਾਸਤਿਕ ਹੋਣ ਦੇ ਪਿੱਛੇ ਆਪਣਾ ਲੌਜਿਕ ਦੱਸਿਆ ਸੀ ਅਤੇ ਉਹਨੂੰ ਲੋਕਾਂ 'ਤੇ ਥੋਪਿਆ ਨਹੀਂ ਸੀ ਕਿ ਤੁਹਾਡੀ ਜੋ ਧਰਮ ਦੇ ਪ੍ਰਤੀ ਭਾਵਨਾ ਮੈਂ ਉਹਨੂੰ ਛੇੜਛਾੜ ਨਹੀਂ ਕਰਨਾ ਚਾਹੁੰਦਾ। ਉਹਨਾਂ ਨੇ ਦੱਸਿਆ ਸੀ ਕਿ ਮੈਂ ਇੱਕ ਆਪਣੀ ਨੌਜਵਾਨ ਉਮਰ ਦੇ ਵਿੱਚ ਬਿਨਾਂ ਕਿਸੇ ਸਵਾਰਥ ਤੋਂ ਆਪਣੀ ਜ਼ਿੰਦਗੀ ਨੂੰ ਦੇਸ਼ ਦੇ ਉੱਤੇ ਝੋਕ ਰਿਹਾ, ਆਪਣੀ ਫਾਂਸੀ ਮੈਂ ਹੱਸ ਕੇ ਚੜੂੰਗਾ ਅਤੇ ਅੰਤ ਮੇਰੇ ਅੰਤਿਮ ਸਮਿਆਂ ਦੇ ਵਿੱਚ ਵੀ ਮੇਰੇ ਦਿਲ 'ਚ ਕੋਈ ਡਰ ਜਾਂ ਪਰਮਾਤਮਾ ਦੇ ਪ੍ਰਤੀ ਇਹੋ ਜਿਹੀ ਗੱਲ ਨਹੀਂ ਹੋਊਗੀ ਕਿ ਪਰਮਾਤਮਾ ਮੈਨੂੰ ਮਾਫ਼ ਕਰ ਦੇ ਜਾਂ ਹੁਣ ਮੇਰੀ ਤੇਰੇ 'ਚ ਆਸਥਾ ਬਣ ਗਈ ਆ। ਤਾਂ ਬਿਨਾਂ ਸਵਾਰਥ ਤੋਂ ਉਹਨਾਂ ਨੇ ਆਪਣਾ ਜੀਵਨ ਦੇਸ਼ ਦੇ ਨਾਮ ਲਾਉਂਦਿਆਂ ਕਿਹਾ ਸੀ ਕਿ ਮੈਂ ਇੱਕ ਨਾਸਤਿਕ ਇਨਸਾਨ ਹਾਂ। ਪਿਆਰ ਦੇ ਪ੍ਰਤੀ ਉਹਨਾਂ ਦੀ ਬਹੁਤ ਵੱਡੀ ਇੱਕ ਭਾਵਨਾ ਕਹਿ ਲਓ ਜਾਂ ਇੱਕ ਆਈਡੀਓਲੋਜੀ ਕਹਿ ਲਓ, ਪਿਆਰ ਦੇ ਪ੍ਰਤੀ ਉਹਨਾਂ ਦਾ ਕਹਿਣਾ ਸੀ ਕਿ ਪਿਆਰ ਇੱਕ ਪ੍ਰੇਮੀ ਜਾਂ ਪ੍ਰੇਮਿਕਾ ਤੱਕ ਸੀਮਿਤ ਨਹੀਂ ਹੁੰਦਾ, ਪਿਆਰ ਦੋ ਇਨਸਾਨਾਂ ਦੇ ਮੇਲ ਤੱਕ ਸੀਮਿਤ ਨਹੀਂ ਹੁੰਦਾ, ਪਿਆਰ ਸਰਵਵਿਆਪੀ ਹੁੰਦਾ, ਪਿਆਰ ਇੱਕ ਅਜਿਹੀ ਤਾਕਤ ਹੁੰਦੀ ਆ ਜੋ ਮੁਰਦਿਆਂ ਨੂੰ ਵੀ ਜਿਉਂਦਾ ਕਰ ਸਕਦੀ ਆ। ਉਹਨਾਂ ਨੇ ਕਿਤੇ ਨਾ ਕਿਤੇ ਧਰਮ ਤੋਂ ਉੱਤੇ ਪਿਆਰ ਨੂੰ ਦਰਜਾ ਦਿੱਤਾ ਸੀ ਅਤੇ ਆਪਸੀ ਭਾਈਚਾਰੇ ਦੀ ਗੱਲ ਕੀਤੀ ਸੀ, ਪਰੰਤੂ ਅੱਜ ਦੇ ਸਮਿਆਂ 'ਚ ਅਸੀਂ ਦੇਖਦੇ ਹਾਂ ਆਪਸੀ ਭਾਈਚਾਰਾ, ਹਾਲਾਂਕਿ ਆਪਸੀ ਭਾਈਚਾਰੇ ਲਈ ਅੱਜ ਸਾਡੇ ਕੋਲ ਬਹੁਤ ਚੀਜ਼ਾਂ ਨੇ, ਕਮਿਊਨੀਕੇਸ਼ਨ ਲਈ ਸਾਡੇ ਕੋਲ ਹੱਥਾਂ 'ਚ ਫੋਨ ਨੇ, ਕੰਪਿਊਟਰ ਨੇ, ਪਰ ਸਾਡੀ ਕਮਿਊਨੀਕੇਸ਼ਨ ਟੁੱਟ ਗਈ ਹੈ।
भाई भाई नहीं समझता, दोस्त दोस्त नहीं दोस्त समझता, असी एक दूजे नाल गुआंढी मुल्कां नाल गुआंढी प्रदेशां नाल भाषा के आधार से जात पात के आधार से लड़ते पे हैं। पर जे सिक्के दे दूजे पहलू की गल करिए असी बिल्कुल नैगेटिव भी नहीं हो सकते। साडा यूथ जां साडे देश के जवान जिहड़े सरहदां ते बैठे देश की राखी कर रहे हैं किते ना किते भगत सिंह उन्हां दे दिलां च अज भी जिउंदा है। असी पक्ष के मुद्दे ते लैके जाइए, इहनूं किसानी अंदोलन ते लैके जाइए, तां ओह अंदोलन जिवें भगत सिंह ने अंग्रेजी हकूमत के खिलाफ मत्था लाया सी, अंदोलनकर्ता लोगों की सोच भी अज सेंटर दे विच बैठी हुकूमत दे नाल मत्था लाउण दी बणी हुई है। धरने दे कठ विच सरों फुलियां चुन्नियां ते सरों फुलियां पग्गां अज भी लहराउंदियां दिखदियां, जो भगत सिंह दा प्रतीत सानूं जापदा कि उदों इक भगत सिंह सी, अज हजारां लखां दी गिणती च नौजवान मुंडे कुड़ियां आपदे दिलां च भगत सिंह नूं लै के किसानी अंदोलन च बैठ के साडी सेंटर दी हुकूमत नाल मत्था ला रहे। ਆਪਾਂ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਭਗਤ ਸਿੰਘ ਦੀ ਗੱਲ ਦੀ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕਰ ਰਹੇ ਹਾਂ ਅਤੇ ਜਿਵੇਂ ਤੁਸੀਂ ਕਿਹਾ ਸੀ ਬਸੰਤੀ ਚੁੰਨੀਆਂ ਬਸੰਤੀ ਪੱਗਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਕਿਸਾਨੀ ਅੰਦੋਲਨ ਦੇ ਵਿੱਚ, ਉਹ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਵੀ ਉਹ ਹਾਂ ਲੌਜਿਕ ਹੈਗਾ ਵੀ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਨੇ ਅਪਣਾ ਲਿਆ, ਭਗਤ ਸਿੰਘ ਦੀ ਸੋਚ ਨੂੰ ਆਪਣੇ 'ਤੇ ਓੜ ਲਿਆ, ਹੈ ਨਾ, ਲੋਕਾਂ ਨੇ ਸਿਰਾਂ 'ਤੇ ਬੰਨ ਲਈ ਭਗਤ ਸਿੰਘ ਦੀ ਸੋਚ। ਇੱਕ ਸਿਆਸੀ ਪਾਰਟੀ ਵੀ ਭਗਤ ਸਿੰਘ ਦੀ ਪੱਗ ਬੰਨ੍ਹਦੀ ਹੈ, ਪੱਗ ਰੰਗ ਦੀ, ਕੀ ਅਸੀਂ ਸਿਆਸੀ ਪਾਰਟੀ ਨੂੰ ਉਸ ਤਰੀਕੇ ਦੇ ਨਾਲ ਸੋਚ ਸਕਦੇ ਹਾਂ? ਦੇਖੋ, ਜਦੋਂ ਸਿਆਸੀ ਪਾਰਟੀ ਸਟਾਰਟ ਹੋਈ ਸੀ ਤਾਂ ਉਸ ਪਾਰਟੀ ਦੀਆਂ ਦਲੀਲਾਂ ਇਹ ਸੀ ਕਿ ਜੋ ਪਹਿਲਾਂ ਦੋ ਪਾਰਟੀਆਂ ਹਕੂਮਤ 'ਚ ਬੈਠੀਆਂ ਪਿਛਲੇ 70-80 ਸਾਲਾਂ ਤੋਂ, ਉਹਨਾਂ ਤੋਂ ਅਸੀਂ ਅਲੱਗ ਇੱਕ ਮੁਹਿੰਮ ਲੈ ਕੇ ਆਏ ਹਾਂ, ਅਸੀਂ ਭਗਤ ਸਿੰਘ ਦੀ ਸੋਚ ਲੈ ਕੇ ਚੱਲਾਂਗੇ। ਪਰ ਜੇ ਅਸੀਂ ਅੱਜ ਸਿੱਟਾ ਕੱਢੀਏ ਉਹਨੂੰ ਐਨਾਲਾਈਜ਼ ਕਰੀਏ ਤਾਂ ਕੋਈ ਲੰਮਾ ਚੌੜਾ ਫਰਕ ਨਹੀਂ ਰਹਿ ਗਿਆ ਉਸ ਸਿਆਸੀ ਪਾਰਟੀ ਅਤੇ ਪਹਿਲਾਂ ਵਾਲੀਆਂ ਸਿਆਸੀ ਪਾਰਟੀਆਂ 'ਚ। ਤਾਂ ਹੋ ਸਕਦਾ ਵੀ ਕਿਤੇ ਨਾ ਕਿਤੇ ਸਟਾਰਟਿੰਗ ਦੇ ਵਿੱਚ ਜਨੂੰਨ ਹੋਵੇ, ਜਜ਼ਬਾਤ ਹੋਣ, ਪਰ ਜੋ ਅੱਜ ਉਸ ਪਾਰਟੀ 'ਚ ਅਸੀਂ ਰਲਦੇ ਹੋਏ ਨਵੇਂ ਨੇਤਾ ਜਾਂ ਨਵੇਂ ਚਿਹਰੇ ਦੇਖੀਏ, ਉਹ ਉਹੀ ਲੋਕ ਆ ਜਿਹੜੇ ਉਹ ਪਹਿਲਾਂ ਦੂਜੀਆਂ ਪਾਰਟੀਆਂ 'ਚੋਂ ਬਾਗੀ ਹੋ ਕੇ ਨਿਕਲੇ, ਰਵਾਇਤੀ ਪਾਰਟੀਆਂ ਦੇ ਲੋਕ ਉਹਨਾਂ ਦੇ ਸ਼ਾਮਿਲ। ਤਾਂ ਉਸ ਤਰ੍ਹਾਂ ਨਾਲ ਜਾਂ ਭਗਤ ਸਿੰਘ ਦਾ ਪ੍ਰਤੀਕ ਲੈ ਕੇ ਉਸਦੀ ਪੱਗ ਦਾ ਰੰਗ ਲੈ ਕੇ ਵੋਟਾਂ ਮੰਗਣਾ ਜਾਂ ਆਪਣੇ ਨਿੱਜੀ ਫਾਇਦਿਆਂ ਲਈ ਉਹਨੂੰ ਇਸਤੇਮਾਲ ਕਰਨਾ ਤਾਂ ਕਿਤੇ ਨਾ ਕਿਤੇ ਬਹੁਤ ਗਲਤ ਆ। ਪਰਮਜੀਤ ਜੀ, ਤੁਸੀਂ ਵੀਡੀਓ ਦੇ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਭਗਤ ਸਿੰਘ ਦੀ ਜਿਹੜੀ ਪਿਸਤੌਲ ਹੈ ਜੀ, ਜਿਹਦੇ ਨਾਲ ਸਾਂਡਰਸ 'ਤੇ ਉਹਨਾਂ ਨੇ ਗੋਲੀ ਚਲਾਈ ਸੀ ਜੀ, ਅਤੇ ਉਹ ਉਹ ਉਹਦਾ ਵੀ ਇੱਕ ਕਹਿੰਦੇ ਤੁਸੀਂ ਦੱਸਿਆ ਸੀ ਵੀ ਇੱਕ ਵੱਖਰਾ ਹੀ ਇਤਿਹਾਸ ਹੈ ਅਤੇ ਵੱਖਰੀ ਕਹਾਣੀ ਹੈ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ ਆ ਅਤੇ ਇੱਕ ਬਹੁਤ ਦਿਲਚਸਪ ਗੱਲ ਆ ਅਤੇ ਸੋਹਣੀ ਗੱਲ ਆ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਭਗਤ ਸਿੰਘ ਬਾਰੇ ਜਾਂ ਉਹਦੀ ਹਿਸਟਰੀ ਜਾਣਨ ਬਾਰੇ ਦਿਲ 'ਚ ਚਾਹਤ ਹੈ। ਪੰਜਾਬ ਦੇ ਇੱਕ ਨੌਜਵਾਨ ਪੱਤਰਕਾਰ ਜਪਿੰਦਰਜੀਤ ਸਿੰਘ, ਪਿਛਲੇ ਦਿਨੀ ਪਤਾ ਚੱਲਿਆ ਕਿ ਉਹਨਾਂ ਦੇ ਜ਼ਿਹਨ 'ਚ 2016 'ਚ ਇੱਕ ਗੱਲ ਆਈ ਕਿ ਭਗਤ ਸਿੰਘ ਦੀ ਉਹ ਪਿਸਤੌਲ ਕਿੱਥੇ ਹੈ ਜਿਹਦੇ ਨਾਲ ਉਹਨਾਂ ਨੇ ਸਾਡੇ ਵਾਸਤੇ ਗੋਲੀਆਂ ਚਲਾਈਆਂ ਸੀ। ਅਤੇ ਹਾਲਾਂਕਿ ਇਹ ਦਿਮਾਗ ਦੇ ਵਿੱਚ ਖਿਆਲ ਆਉਣੀ ਬਹੁਤ ਵੱਡੀ ਗੱਲ ਹੈ, ਜੇ ਅਸੀਂ ਇਹਨੂੰ ਆਮ ਲੋਕਾਂ ਦੇ ਜਾਂ ਖੁਦ ਦੀ ਧਾਰਨਾ 'ਤੇ ਲੈ ਕੇ ਜਾਈਏ, ਅਸੀਂ ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਹੋ ਗਏ ਹਾਂ ਵੀ ਭਗਤ ਸਿੰਘ ਬਾਰੇ ਸੋਚਣਾ ਅਤੇ ਫਿਰ ਇੱਥੋਂ ਤੱਕ ਸੋਚਣਾ ਕਿ ਉਹ ਪਿਸਤੌਲ ਅੱਜ ਕਿੱਥੇ ਹੈ ਅਤੇ ਫਿਰ ਉਹਨੂੰ ਲੱਭਣਾ, ਇੱਕ ਬਹੁਤ ਵੱਡਾ ਵਿਸ਼ਾ ਅਤੇ ਬਹੁਤ ਵੱਡੀ ਗੱਲ ਹੈ। ਅਤੇ ਬਹੁਤ ਪ੍ਰਾਊਡ ਆ ਇਹੋ ਜਿਹੇ ਨੌਜਵਾਨਾਂ 'ਤੇ। ਅਤੇ ਜਿੱਥੋਂ ਤੱਕ ਪਿਸਤੌਲ ਦੀ ਗੱਲ ਆ, 2016 ਦੇ ਵਿੱਚ ਉਸ ਪੱਤਰਕਾਰ ਨੇ ਨੌਜਵਾਨ ਨੇ ਲੱਭਣਾ ਸਟਾਰਟ ਕੀਤਾ ਉਸ ਪਿਸਤੌਲ ਨੂੰ। ਕਾਫੀ ਜੱਦੋਜਹਿਦ ਦੇ ਬਾਅਦ ਪਤਾ ਲੱਗਿਆ ਵੀ ਉਹ ਫਲੋਰ ਦੀ ਪੁਲਿਸ ਅਕੈਡਮੀ 'ਚ ਹੈ। ਹਾਲਾਂਕਿ ਉਦੋਂ ਦੀ ਜਦੋਂ ਦੀ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਅੰਗਰੇਜ਼ ਹਕੂਮਤ ਨੇ, ਉਸ ਤੋਂ ਬਾਅਦ ਜਾਂ ਭਾਰਤ ਆਜ਼ਾਦ ਹੋਣ ਤੋਂ ਬਾਅਦ ਉਹ ਫਲੋਰ ਟ੍ਰੇਨਿੰਗ ਕੈਂਪ 'ਚ ਭੇਜਤੀ ਸੀ, ਪਰ ਉੱਥੋਂ ਤੱਕ ਉਹਨੂੰ ਪਹੁੰਚਣ 'ਤੇ 13 ਸਾਲ ਲੱਗ ਗਏ ਸੀ। ਅੱਛਾ, ਮਤਲਬ ਉਹ ਸਿਆਸੀ ਘੁੰਮਣ ਗਏ ਏਰੀਆਂ ਦੇ ਵਿੱਚ ਹੀ ਪਿਸਤੌਲ ਘੁੰਮਦੀ ਰਹੀ। ਉਸ ਤੋਂ ਬਾਅਦ 1967 'ਚ BSF ਦਾ ਜਿਹੜਾ ਪਹਿਲਾ ਟ੍ਰੇਨਿੰਗ ਕੈਂਪ ਸਟਾਰਟ ਹੋਇਆ ਸੀ ਮੱਧ ਪ੍ਰਦੇਸ਼ ਦੇ ਵਿੱਚ, ਤਾਂ ਉੱਥੋਂ ਦੇ ਟ੍ਰੇਨਿੰਗ ਮੁਖੀ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖੀ ਸੀ ਕਿ ਜੋ ਵੀ ਤੁਹਾਡੇ ਕੋਲ ਸਮਾਨ ਜੋ ਨੌਜਵਾਨਾਂ ਦੀ ਟ੍ਰੇਨਿੰਗ 'ਚ ਹੈਲਪ ਕਰ ਸਕਦਾ ਤਾਂ ਸਾਰੇ ਸੂਬੇ ਥੋੜ੍ਹਾ ਥੋੜ੍ਹਾ ਸਮਾਨ ਉਸ ਕੈਂਪ 'ਚ ਭੇਜਣ। ਅਤੇ ਉਸ ਪਿਸਤੌਲ ਨੂੰ 1967 ਦੇ ਵਿੱਚ ਉਸ ਕੈਂਪ 'ਚ ਭੇਜ ਦਿੱਤਾ ਗਿਆ ਸੀ। ਉੱਥੇ ਜਿੰਨੇ ਵੀ ਪੁਰਾਣੇ ਹਥਿਆਰ ਸੀ ਜਾਂ ਹੋਰ ਵਸਤੂਆਂ ਸੀ ਉਹਨਾਂ ਦੇ ਉੱਪਰ ਨਵਾਂ ਪੇਂਟ ਕਰਕੇ ਉਹਨਾਂ ਨੂੰ ਰੱਖਿਆ ਗਿਆ ਸੀ। ਤਾਂ ਉਸ ਅਕੈਡਮੀ 'ਚ ਵੀ ਜਾਂ ਉੱਥੋਂ ਦੇ
जो अफसर से उन्होंने भी नहीं पता भी यह भगत सिंह की पिस्तौल आ तो उस नौजवान ने पहला उस पिस्तौल का नंबर पता किया तो उस नंबर पता लगन तो बाद मध्य प्रदेश अकैडमी पहुँचा उतों के जो जनरल से मुखी से उन्होंने मिलया तो उन्होंने भी अगे एक चंगी गल आ कि काम पत्रकार की हेल्प की उस मतलब अठ उन्होंने उतों अठ पिस्तौलों एनालाइज किया उन्होंने रंग पटना शुरू किया तीजी पिस्तौल निकली जिदा नंबर भगत सिंह की पिस्तौल नाल मैच हो गया फिर काफ़ी लंबे दो साल के प्रोसैस तो बाद पंजाब एंड हरियाणा हाई कोर्ट के केस भी लग्या तो वह पिस्तौल में उस नौजवान की हिम्मत के जरिए पंजाब लिया गया तो अज हुसैनीवाल म्यूजियम के स्थापित की गई आ नवे उत्थे पंजाब के पंजाब के बाहर नौजवान आते उस पिस्तौल में वेखते उसका इतिहास जानते वो अमेरिकन मेड एक पिस्टल से तो एक जज्बा कायम होंगे एक नवा जनून जागता अपने देश प्रति तुसी जिवें जिक्र किया कि साढ़े नौजवानों उन चीज़ों के नाल भी जागरूक होना चाहिए उन चीज़ों के बारे भी पता होना चाहिए जिवें तुसी कहा कि उत्तर प्रदेश में उन्होंने बूट तो उन्होंने घड़ी पई है तो पर उन्होंने सामभण वाले हालत बेचारे योजे हुए पे है भी वो उन्होंने कितों घड़ी सामभ लैन तो अपने आप नहीं सामभ सकते हैं तो हो चीज़ा बहुत ही संभाल के रखने वाली होंगे ये वैसे तो सरकारां दा फर्ज बनता है भी उन्होंने प्रोटेक्शन दे जिवें किस वड्डे वड्डे म्यूजियम बना दिते जांदे आ ते भगत सिंह दा योगदान साडे देश दे विच कोई इन्ना कता नहीं हैगा सीगा भी भाई उन्होंने गोलिया ही ना जावे ते जेकर असी कही भी कल्ली क्रांति सत्याग्रह दे नाल आ गई ये जिवें आपां कहिंदे आ भी ओह उन्हां दा आप दा नज़रिया सीगा पर भगत सिंह ने जो जिमें अपने पंजाबी कहें भी धक्क पाई सी भी गल कि ना कि मायने रखती है भी ये भगत सिंह की जिंदगी भगत सिंह का बलिदान भगत सिंह का कम इन असी घट करके नहीं जान सकते जेकर असी अहिंसा तो साडा देश चलने वाला है अहिंसा को मनने वाला है पर यह भी नहीं है भी भगत सिंह को असी अणगौले ही कर दिए भगत सिंह नाल जुड़िया गल्लां हुण आपां पिछले थोड़े समय तो कहन लगे हां मेरे लोंग कंडे खड़े हुए पए आ एक जज्बात ते जनून भरियां गल्लां ने पर जे असीं देखिए भी किते ना किते साडी नौजवानी दी खिच इन्हां चीज़ां तो हट गई है पछमी सभ्याचार नूं असीं अपनाउंदे जांदे आ ते साडे जो राजनेता उन्हां दा ध्यान भी इन्हां चीज़ां ते बिल्कुल भी नहीं रहा असीं देखिए भी साडे स्कूल दे जो सिलेबस आ उन्हां दे विच भगत सिंह नूं किन्ना क जाणिया जांदा हालांकि पंजाब दे सिलेबस च तां थोड़ा बहुत है पर जे असीं दूजे स्टेटां दे सिलेबस वल झात मारीए तां बहुत घट शब्दां दे विच उन्हूं विस्थार दित्ता हुंदा हालांकि भगत सिंह पहली गल मैं स्पष्ट करना चाहुंदा वी भगत सिंह इक पंजाबी आइडियल नहीं सी उन्हें अपनी जान देश लई वारी आ ते ओ हालांकि कल्ले भारत नूं छड्ड के पाकिस्तान दे विच भी ओडी ही वड्डी आइडियोलॉजी आ ते ओडा ही वड्डा इक रोल मॉडल आ लोकां दा तां साडियां सरकारां नूं किते ना किते समझना पऊगा कि अगे लोकतंत्र नूं जिंदा रखण लई भगत सिंह वर्गे नौजवानां दी लोड़ आ जिन्हां दे विच देश प्रति जनून होवे जज्बा होवे देश भगती होवे ਉਹ ਦੇਸ਼ ਭਗਤੀ ਕਿਵੇਂ ਪੈਦਾ ਹੋਊਗੀ ਜੇ ਭਗਤ ਸਿੰਘ ਵਰਗੇ ਨੌਜਵਾਨਾਂ ਨੂੰ ਸੂਰਬੀਰਾਂ ਨੂੰ ਅਸੀਂ ਪੜ੍ਹਾਈ ਦੇ ਵਿੱਚ ਲੈ ਕੇ ਆਵਾਂਗੇ ਬੱਚਿਆਂ ਦੀ ਸਕੂਲੀ ਐਜੂਕੇਸ਼ਨ ਦੇ ਵਿੱਚ ਲੈ ਕੇ ਆਵਾਂਗੇ ਅਤੇ ਕਿਤੇ ਨਾ ਕਿਤੇ ਇਹ ਫਰਜ਼ ਸਾਡਾ ਖੁਦ ਦਾ ਵੀ ਹੈ ਸਾਡੀਆਂ ਕੁਛ ਡਿਊਟੀਜ਼ ਹੁੰਦੀਆਂ ਆਪਣੇ ਦੇਸ਼ ਦੇ ਪ੍ਰਤੀ ਜ਼ਿੰਮੇਵਾਰੀਆਂ ਹੁੰਦੀਆਂ ਫਰਜ਼ ਹੁੰਦੇ ਆ ਸਾਡੇ ਨੌਜਵਾਨਾਂ ਨੂੰ ਆਪਣੀ ਸੋਚ ਦਾ ਵਿਸਥਾਰ ਕਰਨਾ ਪਊਗਾ ਅਸੀਂ ਠੀਕ ਆ ਦੋ ਮਿੰਟ ਗਾਣਾ ਤਾਂ ਸੁਣ ਲੈਂਦੇ ਹਾਂ ਭਗਤ ਸਿੰਘ 'ਤੇ चार मिनट लई जनून नाल भरता जाने पंजवें मिनट अभी फिर उन्हें ही अपन दौड़ों के लग जाने कलिया सड़कों के भगत सिंह का ना या चौंकों के भगत सिंह का ना लिख देने नालों आइडियोलॉजी फॉलो नहीं होगी सानू अपनी सोच का विस्थार करना पेगा जो साडे पोलिटिकल साडे सोशल साडे इकनोमिकल देश के कोई भी मुद्दे आ उन्होंने अपनी सोच न फैलाना पेगा कोई भी नवा किसी मंत्री का बयान होता सानू सोचना पऊ ये पिछे की आ ये क्यों आया कोई नवी नीति बनती एनालाइज करना पऊ जे वो सानू गलत लगती है तो अखां मीटनियां बंद करके उहदे नाल मत्था लाउणा पऊ फिर असीं भगत सिंह की दिशा से चल के अपने लोकतंत्र जिंदा रख सकते हैं जिथे असीं भगत सिंह की गल कर रहे हैं उत्थे
उन्होंने नाल सुखदेव ते राजगुरु का भी जिक्र करना बहुत जरूरी हो जाता है। उन्हों का योगदान उन्हों का बलिदान भी कोई घट नहीं सी। भगत सिंह दे नाल रह के उन्हों उन्नी वड्डा हौसला सी ते उन्ना ही उन्हों का बराबर का योगदान है। बिल्कुल, देखो कोई भी आजादी घलाटिया जिन्होंने अपना परिवार अपनी अपना करियर अपनी जिंदगी सारा कुछ देश के नाते आ गया तो वह कोई भी छोटा नहीं सी। सब की अहमियत इको बराबर आ उन्नी हुई हैं तो सारे नौजवान साढ़े रोल मॉडल होने चाहिए आ। जिमें मैं सिलेबस भगत सिंह बारे गल की, हजे भगत सिंह तो मतलब कुछ स्टेटा यहोजी जिन्हें थोड़ा बहुत भगत सिंह बारे पढ़ाया जाता पर सुखदेव तो राजगुरु का सिर्फ नाम ही नाम ही रह गया। किसी को कोई पता नहीं कितों के जन्मे सी किमें किमें उन्हां दी पढ़ाई हुई जां की इतिहास सीगा। तां हाथ जोड़ के मेरी बेनती है सरकारां नूं कि इहो जिहे आजादी घलाटियां नूं साडे बच्चियां दे सिलेबस च पाया जावे, ना कि अज कल दियां जो नशावाद दियां जां होर फिरकू चीज़ां टीवी ते चलदियां उन्हां नूं बैन करके कुछ सभ्याचार ते कुछ देश भगती नाल जुड़ियां चीज़ां नूं लिआउणा पऊगा। ਆਪਾਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਘਟਦੀ ਜਾਂਦੀ ਹੈ ਜੀ। ਇਹਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਪੱਛਮੀ ਸੱਭਿਅਤਾ ਵੱਲ ਨੂੰ ਜ਼ਿਆਦਾ ਰੁਝਾਨ ਹੋ ਗਿਆ ਨੌਜਵਾਨਾਂ ਦਾ, ਅਤੇ ਪਰ ਮੈਨੂੰ ਇਹ ਵੀ ਲੱਗਦਾ ਪਰਮਜੀਤ ਜੀ ਜਿੱਥੇ ਦੇਸ਼ ਦੇ ਹਾਲਾਤ ਵੀ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਆ। ਪੱਛਮੀ ਸੱਭਿਅਤਾ ਜਿਹੜਾ ਦਾ ਅਸਰ ਅਸੀਂ ਕਹਿੰਦੇ ਹਾਂ ਉਹ ਇੱਕ ਅਲੱਗ ਵਿਸ਼ਾ ਵੀ ਹੋ ਸਕਦਾ, ਪਰ ਆਪਾਂ ਕਹਿੰਦੇ ਹਾਂ ਵੀ ਉਹ ਮੈਂ ਉਹਨੂੰ ਡਿਨਾਈ ਨਹੀਂ ਕਰਦਾ, ਪਰ ਰਾਜਨੇਤਾ ਸਾਡੇ ਜਿਹੜੇ ਹਾਲਾਤ ਹੈ ਨਾ ਦੇਸ਼ ਦੇ ਜਾਂ ਰਾਜਨੇਤਾਵਾਂ ਦਾ ਦੀ ਅਪਰੋਚ ਹੈ ਦੇਸ਼ ਪ੍ਰਤੀ ਉਹ ਵੀ ਕਿਤੇ ਨਾ ਕਿਤੇ ਫਰਕ ਪਾ ਰਹੀ ਹੈ। ਸਾਡੀ ਜਿਹੜੀ ਖੁਦ ਦੀ ਸੱਭਿਅਤਾ, ਮੈਂ ਖੁਦ ਦੇ ਸ਼ਬਦਾਂ 'ਚ ਕਹੂੰ ਵੀ ਮੈਨੂੰ ਮਾਣ ਆਪਣੀ ਸੱਭਿਅਤਾ 'ਤੇ, ਮੈਂ ਕਹਿਣਾ ਚਾਹੁੰਦਾ ਵੀ ਪੱਛਮੀ ਸੱਭਿਅਤਾ ਨਾਲੋਂ ਸਾਡੀ ਸੱਭਿਅਤਾ ਕਿਤੇ ਜ਼ਿਆਦਾ ਅਮੀਰ ਆ। ਸਾਡੀ ਸੱਭਿਅਤਾ ਦੇ ਵਿੱਚ ਸਹਿਣਸ਼ੀਲਤਾ ਬਹੁਤ ਜ਼ਿਆਦਾ ਸੀ, ਸਹਿਣਸ਼ੀਲਤਾ ਹੋਣ ਦੇ ਨਾਲ ਹੀ ਅਸੀਂ ਇੰਨੇ ਆਜ਼ਾਦੀ ਘਲਾਟੀਏ ਅਤੇ ਇੰਨੇ ਸੰਘਰਸ਼ੀਲ ਲੋਕਾਂ ਨੂੰ ਪੈਦਾ ਕਰ ਸਕੇ ਹਾਂ। ਕਿਤੇ ਨਾ ਕਿਤੇ ਆਪਣੀ ਸੱਭਿਅਤਾ ਨੂੰ ਬਚਾਉਣਾ ਤਾਂ ਆਪਣੀ ਜ਼ਿੰਮੇਵਾਰੀ ਹੁੰਦੀ ਆ। ਅਸੀਂ ਮੇਰਾ ਵੀ ਓਨਾ ਹੀ ਫਰਜ਼ ਆ ਜਿੰਨਾ ਇੱਕ ਪ੍ਰਧਾਨ ਮੰਤਰੀ ਦਾ ਆਪਣੇ ਦੇਸ਼ ਨੂੰ ਬਚਾਉਣ ਲਈ ਆ। ਤਾਂ ਸਾਰਾ ਕੁਛ ਮੈਂ ਪੋਲੀਟੀਕਲ ਨੇਤਾਵਾਂ 'ਤੇ ਨਹੀਂ ਥੋਪ ਸਕਦਾ। ਮੈਂ ਜੇ ਉਹਨਾਂ ਨੂੰ ਸਹੀ ਰਾਹ 'ਤੇ ਪਹੁੰਚਾਉਣ ਲਈ ਕੋਈ ਗੱਲ ਕਹੂੰਗਾ ਤਾਂ ਪਹਿਲਾਂ ਮੈਨੂੰ ਖੁਦ ਨੂੰ ਸਹੀ ਕਰਨਾ ਪਊਗਾ। ਮੈਨੂੰ ਦੇਖਣਾ ਪਊ ਮੈਂ ਆਪਣੇ ਦੇਸ਼ 'ਚ ਆਪਣੀਆਂ ਧੀਆਂ ਭੈਣਾਂ ਲਈ ਕਿਹੋ ਜਿਹੀ ਸੋਚ ਰੱਖਦਾ, ਆਪਣੇ ਦੇਸ਼ ਪ੍ਰਤੀ ਕਿਹੋ ਜਿਹੀ ਸੋਚ ਰੱਖਦਾ, ਮੇਰੇ ਦਿਲ 'ਚ ਕਿੰਨੀ ਕੁ ਖੋਟ ਆ। ਜੇ ਮੈਂ ਉਹ ਸਾਰਾ ਕੁਛ ਸਹੀ ਕਰਦਾ ਤਾਂ ਹੀ ਮੈਂ ਉਹਨਾਂ ਨੇਤਾਵਾਂ 'ਤੇ ਜਾ ਕੇ ਇਸ਼ੂ ਉਠਾਊਂਗਾ ਨਾ, ਉਂਗਲ ਉਠਾਊਂਗਾ। ਹਾਂ ਕਿਤੇ ਨਾ ਕਿਤੇ ਜੇ ਨੀਤੀਆਂ ਦਾ ਸੰਬੰਧ ਆ, ਬਹੁਤ ਨੀਤੀਆਂ ਆਪਦੇ ਫਾਇਦਿਆਂ ਲਈ ਬਣਾਈਆਂ ਜਾਂਦੀਆਂ ਨੇਤਾਵਾਂ ਦੀਆਂ ਜਾਂ ਵੋਟ ਲੈਣ ਲਈ ਬਣਾਈਆਂ ਜਾਂਦੀਆਂ, ਉਦੋਂ ਫਿਰ ਲੋਕਤੰਤਰ ਵੀ ਝੁੱਕ ਜਾਂਦਾ, ਵੋਟ ਰਾਜ ਦੇ ਅੰਦਰ ਫਾਸੀਵਾਦੀ ਭਾਰੀ ਹੋ ਜਾਂਦੀ ਹੈ ਸਾਡੇ। ਪਰਮਜੀਤ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਤੇ ਸਮੇਂ ਦੀ ਆਪਦੀ ਮਰਿਆਦਾ 'ਤੇ ਆਪਾਂ ਇਸ ਵਿਚਾਰ ਚਰਚਾ ਨੂੰ ਆਪਣੀ ਨੂੰ ਵਿਰਾਮ ਦਿੰਦੇ ਹਾਂ ਅਤੇ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸ਼ਹੀਦ ਹੋਏ ਆ, ਸਾਡੇ ਜਿਹੜੇ ਯੋਧੇ ਹੋਏ ਆ, ਸਾਡੇ ਜਿਹੜੇ ਸੂਰਵੀਰ ਹੋਏ ਆ, ਉਹਨਾਂ ਦਾ ਆਪਣੇ ਜੇਕਰ ਸਰਕਾਰਾਂ ਨਹੀਂ ਕਰਦੀਆਂ ਜਿਵੇਂ ਪਰਮਜੀਤ ਜੀ ਨੇ ਕਿਹਾ, ਉਹਨਾਂ ਸਾਡੀ ਜ਼ਿੰਮੇਵਾਰੀ ਹੈ। ਸਾਡਾ ਵੀ ਫਰਜ਼ ਬਣਦਾ ਸੀ ਉਸ ਇਤਿਹਾਸ ਨਾਲ ਜੁੜੀਏ ਅਤੇ ਇਤਿਹਾਸ ਨਾਲ ਬੱਚਿਆਂ ਨੂੰ ਜੋੜੀਏ। ਅਤੇ ਸਾਡੇ ਚੈਨਲ ਨੂੰ ਤੁਸੀਂ ਤੁਹਾਡਾ ਅਨਮੁੱਲਾ ਸਮਾਂ ਦਿੱਤਾ, ਇਸ ਪ੍ਰੋਗਰਾਮ ਨੂੰ ਤੁਸੀਂ ਅਨਮੁੱਲਾ ਸਮਾਂ ਦਿੱਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।